ਹਾਈਵੇ ਤੇ ਬੱਚੇ ਨਾਲ ਬਾਈਕ ਸਵਾਰ ਦਾ ਸਟੰਟ। ਵੀਡੀਓ ਸੋਸ਼ਲ ਮੀਡੀਆ ਤੇ ਹੋਈ ਵਾਇਰਲ। ਮਗਰੋਂ ਸਟੰਟਬਾਜ਼ ਆ ਗਿਆ ਪੁਲਿਸ ਦੇ ਅੜਿੱਕੇ। ਸਤਿ ਸ਼੍ਰੀ ਅਕਾਲ, ਮੈਂ ਕੋਮਲ, ਚੜ੍ਹਦੀ ਕਲਾ ਟਾਈਮ ਟੀਵੀ ਵੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਸਵਾਗਤ ਹੈ। ਅੱਜ ਕੱਲ ਸੋਸ਼ਲ ਮੀਡੀਆ ਦੇ ਉੱਤੇ ਵਿਊਜ਼ ਲੈਣ ਦੇ ਲਈ ਹਰ ਕੋਈ ਕਈ ਤਰ੍ਹਾਂ ਦੇ ਖਤਰਨਾਕ ਸਟੰਟ ਕਰਦਾ ਹੈ ਤੇ ਕਈ ਵਾਰ ਇਦਾਂ ਦੇ ਸਟੰਟ ਕਰਨ ਦੇ ਨਾਲ ਮੌਤ ਦੇ ਮੂੰਹ ਦੇ ਵਿੱਚ ਜਾ ਪੈਂਦਾ ਹੈ। ਤੇ ਹਾਲਾਂਕਿ ਨਿੱਤ ਖਬਰਾਂ ਵੀ ਆਉਂਦੀਆਂ ਨੇ ਬਾਈਕ ਸਟੰਟ ਜਾਂ ਕਾਰ ਸਟੰਟ ਕਰਨ ਵਾਲੇ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਜਾਂ ਸਟੰਟਬਾਜ ਕਿਸੇ ਦੁਰਘਟਨਾ ਦਾ ਸ਼ਿਕਾਰ ਹੋ ਗਿਆ, ਪਰ ਫਿਰ ਵੀ ਲੋਕ ਇਹਨਾਂ ਹਰਕਤਾਂ ਤੋਂ ਬਾਜ ਨਹੀਂ ਆਉਂਦੇ ਤੇ ਆਪਣੀ ਮਨਮਰਜ਼ੀ ਕਰਦੇ ਹਨ। ਸੋ ਸਟੰਟਬਾਜ ਦੀ ਇੱਕ ਹੋਰ ਵੀਡੀਓ ਸਾਹਮਣੇ ਆਈ ਹੈ ਜੋ ਕਿ ਸੋਸ਼ਲ ਮੀਡੀਆ ਦੇ ਉੱਤੇ ਕਾਫੀ ਜ਼ਿਆਦਾ ਵਾਇਰਲ ਹੋ ਰਹੀ ਹੈ। ਵੀਡੀਓ ਯੂਪੀ ਦੇ ਸੀਤਾਪੁਰ ਦੀ ਹੈ ਜਿੱਥੇ ਕਿ ਇੱਕ ਨੌਜਵਾਨ ਨੈਸ਼ਨਲ ਹਾਈਵੇ ਤੇ ਸਟੰਟ ਕਰਦਾ ਹੋਇਆ ਦਿਖਾਈ ਦੇ ਰਿਹਾ ਹੈ ਤੇ ਉਸ ਦੇ ਨਾਲ ਇੱਕ 4 ਕੁ ਸਾਲ ਦਾ ਬੱਚਾ ਵੀ ਤੁਸੀਂ ਦੇਖ ਸਕਦੇ ਹੋ ਤੇ ਸੋਸ਼ਲ ਮੀਡੀਆ ਦੇ ਉੱਤੇ ਇਹ ਵੀਡੀਓ ਕਾਫੀ ਜ਼ਿਆਦਾ ਵਾਇਰਲ ਹੋ ਗਈ ਹੈ। ਵੀਡੀਓ ਦੇ ਵਿੱਚ ਵੀ ਵੇਖਿਆ ਜਾ ਸਕਦਾ ਹੈ ਕਿ ਨੌਜਵਾਨ ਕਿਸ ਤਰੀਕੇ ਦੇ ਨਾਲ ਬਾਈਕ ਤੇ ਸਟੰਟ ਕਰਦਾ ਹੋਇਆ ਦਿਖਾਈ ਦੇ ਰਿਹਾ ਹੈ। ਨੈਸ਼ਨਲ ਹਾਈਵੇ ਹੈ ਜਿਸ ਤੇ ਬੱਚੇ ਦੇ ਨਾਲ ਇਹ ਬਾਈਕ ਸਵਾਰ ਸਟੰਟ ਕਰਦਾ ਹੋਇਆ ਤੇ ਇਸਨੇ ਆਪਣੇ ਅੱਗੇ ਬੱਚੇ ਨੂੰ ਬਿਠਾਇਆ ਹੋਇਆ ਹੈ। ਇੱਥੇ ਇਸ ਨੌਜਵਾਨ ਦੇ ਵੱਲੋਂ ਬੇਖੌਫ ਹੋ ਕੇ ਆਪਣਾ ਸਟੰਟ ਤਾਂ ਕੀਤਾ ਜਾ ਰਿਹਾ ਤੇ ਉਧਰ ਬੱਚਾ ਵੀ ਤੁਸੀਂ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਬਾਈਕ ਦੇ ਸਾਈਡ ਨੂੰ ਲਟਕਿਆ ਹੋਇਆ ਵਿਖਾਈ ਦੇ ਰਿਹਾ ਹੈ। ਸਟੰਟਬਾਜ ਆਪਣੇ ਸਟੰਟ ਨੂੰ ਲੈ ਕੇ ਇੰਨਾ ਰੁੱਝਿਆ ਹੋਇਆ ਕਿ ਉਸਨੂੰ ਬੱਚੇ ਦੀ ਕੋਈ ਪਰਵਾਹ ਨਹੀਂ। ਰਾਜਾਂ ਦੇ ਇੱਕ ਰਾਹਗੀਰ ਦੇ ਵੱਲੋਂ ਇਸਦੀ ਵੀਡੀਓ ਬਣਾ ਲਈ ਗਈ ਜੋ ਕਿ ਉਸਨੇ ਸੋਸ਼ਲ ਮੀਡੀਆ ਦੇ ਉੱਤੇ ਵਾਇਰਲ ਕਰ ਦਿੱਤੀ ਹੈ। ਜੇਕਰ ਇਸ ਸਟੰਟ ਦੌਰਾਨ ਕੋਈ ਵੀ ਅਣਸੁਖਾਵੀ ਘਟਨਾ ਵਾਪਰ ਜਾਂਦੀ ਤਾਂ ਫਿਰ ਕਸੂਰਵਾਰ ਕੌਣ ਹੋਣਾ ਸੀ। ਹੁਣ ਇਸ ਵੀਡੀਓ ਦੇ ਆਧਾਰ ਤੇ ਪੁਲਿਸ ਨੇ ਪਹਿਚਾਣ ਕਰਕੇ ਸਟੰਟਬਾਜ਼ ਨੂੰ ਗ੍ਰਿਫਤਾਰ ਕਰ ਲਿਆ ਹੈ ਤੇ ਅਗਲੀ ਕਾਰਵਾਈ ਉਲੀਕੀ ਜਾ ਰਹੀ ਹੈ। ਸਬਸਕ੍ਰਾਈਬ ਕਰੋ ਚੜ੍ਹਦੀ ਕਲਾ ਟਾਈਮ ਟੀਵੀ ਨੂੰ ਅਤੇ ਲੇਟੈਸਟ ਅਪਡੇਟ ਪਾਉਣ ਦੇ ਲਈ ਪ੍ਰੈਸ ਕਰੋ ਬੈਲ ਆਈਕਨ ਨੂੰ।